ਪੰਜਾਬ ਵਿੱਚ ਨਸ਼ੇ ਦਾ ਵਪਾਰ ਅਜੇ ਵੀ ਖੁੱਲ ਕੇ ਚੱਲਦਾ ਦਿਖਾਈ ਦੇ ਰਿਹਾ। ਨਵੀਂ ਸਰਕਾਰ ਬਣਨ ਤੇ ਵੀ ਲੋਕਾਂ ਨੂੰ ਕਾਫੀ ਜ਼ਿਆਦਾ ਆਸ ਉਮੀਦ ਸੀ, ਪਰ ਜਿਸ ਤਰ੍ਹਾਂ ਨਿਤ ਆਏ ਦਿਨ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਫੜੇ ਜਾ ਰਹੇ ਨੇ, ਉਹਨਾਂ ਨੇ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਵਿੱਚ ਚਿੰਤਾ ਵਧਾ ਦਿੱਤੀ ਆ। ਜਿਸ ਦੇ ਤਹਿਤ ਲੁਧਿਆਣਾ ਪੁਲਿਸ ਵੱਲੋਂ ਬੀਤੇ ਦਿਨ ਨਸ਼ਾ ਸਪਲਾਈ ਕਰਨ ਵਾਲੇ ਇੱਕ ਹੋਰ ਗਰੁੱਪ ਨੂੰ ਕਾਬੂ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ DSP ਦਵਿੰਦਰ ਚੌਧਰੀ ਨੇ ਦੱਸਿਆ ਕਿ ਐਂਟੀ ਡਰੱਗਸ ਮੰਥਨ ਦੌਰਾਨ ਚਲਾਏ ਗਏ ਵਿਸ਼ੇਸ਼ ਆਪਰੇਸ਼ਨ ਦੌਰਾਨ ਗੁਪਤ ਸੂਚਨਾ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਗਈ ਆ, ਜਿਸ ਦੇ ਵਿੱਚ 4 ਅਲੱਗ ਅਲੱਗ ਮਾਮਲਿਆਂ ਵਿੱਚ ਕੁੱਲ 6 ਲੋਕਾਂ ਨੂੰ ਕਾਬੂ ਕੀਤਾ, ਜਿਨ੍ਹਾਂ 'ਚ ਇੱਕ ਮਹਿਲਾ ਵੀ ਸ਼ਾਮਲ ਹੈ। ਦੋਸ਼ੀਆਂ ਪਾਸੋਂ 4 ਕਿਲੋ 240 ਗ੍ਰਾਮ ਹੀਰੋਇਨ ਬਰਾਮਦ ਹੋਈ ਆ। ਉਹਨਾਂ ਕਿਹਾ ਕਿ ਇਹ ਸਾਰੇ ਆਪਸ ਦੇ ਵਿੱਚ ਇੱਕ ਨੈੱਟਵਰਕ ਦੇ ਰਾਹੀਂ ਕੰਮ ਕਰ ਰਹੇ ਸਨ ਅਤੇ ਹੁਣ ਦੋਸ਼ੀਆਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਨਸ਼ਾ ਕਿੱਥੋਂ ਲਿਆ ਕੇ ਕਿੱਥੇ ਕਿੱਥੇ ਸਪਲਾਈ ਕਰਦੇ ਸਨ। ਦਰਅਸਲ ਜੋ ਇਹ ਨਸ਼ਾ ਉਹਨਾਂ ਕੋਲੋਂ ਫੜਿਆ ਗਿਆ, ਇਸ ਦੀ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੀਮਤ ਲਗਭਗ 21 ਕਰੋੜ ਰੁਪਏ ਬਣਦੀ ਹੈ। ਅਤੇ ਹੁਣ ਸਵਾਲ ਇਹ ਖੜ੍ਹਾ ਹੁੰਦਾ ਇਹ ਕਿ ਕਦੋਂ ਤੋਂ ਇਹ ਕਾਰੋਬਾਰ ਕਰ ਰਹੇ ਸਨ ਅਤੇ ਕਿਹੜੇ ਕਿਹੜੇ ਦੋਸ਼ੀ ਹੋਰ ਵੀ ਨੇ, ਭਾਵ ਕਿਹੜੀ ਕਿਹੜੀ ਵੱਡੀਆਂ ਮੱਛੀਆਂ ਹੋਰ ਵੀ ਨੇ ਜੋ ਇਸ ਮਾਮਲੇ ਦੇ ਨਾਲ ਜੁੜੀਆਂ ਹੋਈਆਂ ਨੇ, ਅਤੇ ਇਹਨਾਂ ਵੱਲੋਂ ਕਦੋਂ ਤੋਂ ਪੰਜਾਬ ਦੇ ਵਿੱਚ ਇਹ ਕਾਲਾ ਕਾਰੋਬਾਰ ਕੀਤਾ ਜਾ ਰਿਹਾ ਸੀ, ਅਤੇ ਇਹ ਨਸ਼ਾ ਕਿਸ ਵੱਲੋਂ ਸਪਲਾਈ ਹੁੰਦਾ ਸੀ, ਜਾਂ ਇਹ ਬਾਰਡਰ ਪਾਰੋਂ ਇਹ ਨਸ਼ਾ ਲਿਆਉਂਦੇ ਸਨ, ਜਾਂ ਕਿਸੇ ਦੂਜੇ ਸੂਬੇ ਦੇ ਵਿੱਚੋਂ ਇਹ ਨਸ਼ਾ ਪੰਜਾਬ ਦੇ ਵਿੱਚ ਲਿਆ ਕੇ ਸਪਲਾਈ ਕਰਦੇ ਸਨ। ਅਤੇ ਇਹਨਾਂ ਵੱਲੋਂ ਇਹ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹਨਾਂ ਵੱਲੋਂ ਇਹ ਨਸ਼ਾ ਨੌਜਵਾਨਾਂ ਨੂੰ ਹੀ ਸਪਲਾਈ ਕੀਤਾ ਜਾਂਦਾ ਸੀ, ਜਾਂ ਕਿਸੇ ਵੱਡੇ ਪੱਬਾਂ ਨੂੰ ਕਲੱਬਾਂ ਨੂੰ ਵੀ ਇਹਨਾਂ ਵੱਲੋਂ ਇਹ ਨਸ਼ਾ ਸਪਲਾਈ ਕੀਤਾ ਜਾ ਰਿਹਾ ਸੀ। ਜਿਸ ਮਾਮਲੇ ਦੇ ਵਿੱਚ ਇਹਨਾਂ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ, ਇਸ ਤੋਂ ਪਹਿਲਾਂ ਵੀ ਇਹਨਾਂ 'ਤੇ ਮਾਮਲੇ ਦਰਜ ਨੇ ਅਤੇ ਉਸ ਮਾਮਲਿਆਂ ਦੇ ਤਹਿਤ ਵੀ ਇਹਨਾਂ ਤੋਂ ਅਗੇਰੀ ਕਾਰਵਾਈ ਤਹਿਤ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਸਾਰੀ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਕਦੋਂ ਕੁ ਤੱਕ ਇਹ ਕਾਲਾ ਕਾਰੋਬਾਰ ਪੰਜਾਬ ਦੇ ਵਿੱਚ ਚਲਾ ਰਹੇ ਸਨ। ਇਹ ਇੱਕ ਐਂਟੀ ਡਰੱਗ ਮੰਥ ਮਨਾਇਆ ਜਾ ਰਿਹਾ ਹੈ, ਜਿਹਦੇ ਵਿੱਚ ਮਾਨਯੋਗ ADGP ਸਾਹਿਬ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ਼ ਸਪੈਸ਼ਲ ਡਰਾਈਵ ਚਲਾਈ ਗਈ, ਜਿਸ ਦੇ ਤਹਿਤ STF ਲੁਧਿਆਣਾ ਵੱਲੋਂ ਪਿਛਲੇ 2 ਦਿਨ ਦੇ ਵਿੱਚ ਅਸੀਂ 4 ਮੁਕੱਦਮੇ ਦਰਜ ਕੀਤੇ, ਜਿਹਦੇ ਵਿੱਚ 5 ਬੰਦੇ ਅਤੇ 1 ਔਰਤ ਜਿਹੜੀ ਹੈ ਉਹ ਗ੍ਰਿਫਤਾਰ ਕੀਤੀ ਹੈ, ਜਿਨ੍ਹਾਂ ਕੋਲੋਂ ਕੁੱਲ 4 ਕਿਲੋ 240 ਗ੍ਰਾਮ ਹੈਰੋਇਨ ਜਿਹੜੀ ਹੈ ਉਹ ਰਿਕਵਰ ਕੀਤੀ ਗਈ ਹੈ। ਇਹ ਸਾਰੇ ਇੰਟਰਕਨੈਕਟਡ ਸੀਗੇ ਇੱਕ ਦੂਜੇ ਦੇ ਨਾਲ, ਇਹ ਸਾਰਾ ਪੂਰੇ ਦਾ ਪੂਰਾ ਜਿਹੜਾ ਗੈਂਗ ਹੈ ਉਹ ਫੜ ਹੋ ਗਿਆ ਅਤੇ ਇਹਨਾਂ ਤੋਂ ਟੋਟਲ ਜਿਹੜੀ ਹੈ 4 ਕਿਲੋ 240 ਗ੍ਰਾਮ ਹੈਰੋਇਨ ਜਿਹੜੀ ਹੈ ਉਹ ਰਿਕਵਰ ਹੋਈ। ਇਹਨਾਂ ਨੂੰ ਅੱਜ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਅੱਗੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਊ। ਸਰ ਇਹ ਆਪ ਹੀ ਨਸ਼ੇ ਦੇ ਆਦੀ ਨੇ ਜੀ? ਹਾਂਜੀ, ਜੋ ਇਹਨਾਂ ਦੀ ਪੁੱਛਗਿੱਛ ਆਇਆ ਉਹਦੇ ਵਿੱਚ ਇਹਦੇ ਵਿੱਚੋਂ ਲੇਡੀ ਵੀ ਅਤੇ ਜਿਹੜੇ 3 ਬੰਦੇ ਹੈ ਇਹ ਖੁਦ ਵੀ ਨਸ਼ਾ ਕਰਦੇ, ਇਹਨਾਂ ਦੇ ਅਸੀਂ ਸਿਵਲ ਹੋਸਪਿਟਲ ਤੋਂ ਡੋਪ ਟੈਸਟ ਵੀ ਕਰਾਵਾਂਗੇ ਅਤੇ ਉਹਦੇ ਤੋਂ ਇਹ ਕਲੀਅਰ ਹੋ ਜਾਊਗਾ ਵੀ ਇਹ ਖੁਦ ਵੀ ਨਸ਼ਾ ਕਰਦੇ। ਹਾਂਜੀ, ਇਹਨਾਂ ਦੇ ਲੇਡੀ ਤੋਂ ਇਲਾਵਾ ਬਾਕੀ ਜਿਹੜੇ ਸਾਰੇ ਹੀ ਹੈ ਦੋਸ਼ੀ 5 ਦੇ 5, ਇਹਨਾਂ ਸਾਰਿਆਂ ਦੇ ਖਿਲਾਫ਼ ਵੱਖ ਵੱਖ ਥਾਣਿਆਂ 'ਚ ਮੁਕੱਦਮੇ ਦਰਜ ਹੈ ਅਤੇ ਬਾਕੀ ਅੱਗੇ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਇਹ ਰਿਕਾਰਡ ਚੈੱਕ ਕੀਤਾ ਜਾਊਗਾ।